ਗੁਰਦੁਆਰੇ ਚੋਂ ਕੁਰਸੀਆਂ ਬਾਹਰ ਕੱਢਣ ਦਾ ਇਹ ਸੀਸੀਟੀਵੀ ਵੀਡੀਓ ਜਲੰਧਰ ਦੇ ਮਾਡਲ ਟਾਊਨ ਸਥਿਤ ਸਿੰਘ ਸਭਾ ਗੁਰਦੁਆਰੇ ਦਾ ਹੈ। ਅੰਦਰ ਬੈਠਣ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਕੁਰਸੀਆਂ ਦੀ ਪਹਿਲਾਂ ਭੰਨ ਤੋੜ ਕੀਤੀ ਗਈ, ਫਿਰ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਘਟਨਾ ਸੋਮਵਾਰ ਦੇਰ ਸ਼ਾਮ ਦੀ ਹੈ। ਅਸਲ ਵਿੱਚ ਇਸ ਗੁਰਦੁਆਰੇ ਦੇ ਅੰਦਰ ਬਜ਼ੁਰਗ ਤੇ ਬੈਠਣ ਵਿੱਚ ਅਸਮਰੱਥ ਸੰਗਤ ਦੀ ਸਹੂਲਤ ਲਈ ਬੈਂਚ ਕੁਰਸੀਆਂ ਲੱਗੀਆਂ ਹੋਈਆਂ ਸਨ। ਇਸ ਘਟਨਾ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੁਰਸੀਆਂ ਬੈਂਚ ਰੱਖਣਾ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੈ। ਇਸ ਬਿਆਨ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ। ਉਹਨਾਂ ਨੇ ਜਦੋਂ ਉੱਥੇ ਵੇਖੀਆਂ ਕੁਰਸੀਆਂ ਤਾਂ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਭਾਈ ਸਾਹਿਬ ਜੀ, ਮਤਲਬ ਕਿ ਆ ਗੁਰੂ ਘਰ ਦੇ ਵਿੱਚ ਬੇਅਦਬੀ ਹੋ ਰਹੀ ਹੈ। ਮੈਂ ਅਸੀਂ ਕਿਉਂਕਿ ਦੀਵਾਨ ਚੱਲਦਾ ਪਿਆ ਸੀ, ਅਸੀਂ ਘੱਟ ਬੋਲਣਾ ਸੀ, ਅਸੀਂ ਕੋਈ ਜ਼ਿਆਦਾ ਨਹੀਂ ਸੀ ਉਸ ਟਾਈਮ ਬੋਲ ਸਕਦੇ। ਸਾਨੂੰ ਤਾਂ ਪਤਾ ਨਾ ਗੁਰੂ ਘਰ ਦੇ ਵਿੱਚ ਜਦੋਂ ਦੀਵਾਨ ਚੱਲਦਾ ਪਿਆ ਅਤੇ ਜਦੋਂ ਤੁਸੀਂ ਬੋਲੋਗੇ ਅਤੇ ਜਿਹੜੀ ਸੰਗਤ ਦੇ ਵਿੱਚ ਇਕਾਗਰਤਾ ਬਣੀ ਹੈ ਕਥਾ ਦੀ, ਫਿਰ ਉਹ ਭੰਗ ਹੁੰਦੀ ਹੈ। ਉਹ ਜਿਹੜੇ ਸਾਈਡ ਤੋਂ ਅਪਾਹਜ ਜਿਹੜੇ ਆਪਣੇ ਬਜ਼ੁਰਗ ਜਿਹੜੇ ਅੰਦਰ ਜਾਂਦੇ ਨੇ ਗੇਟ ਤੋਂ ਅੰਦਰ, ਉੱਥੇ ਪਹਿਲਾਂ ਹੀ 30-40-50 ਬੰਦੇ ਪਹਿਲਾਂ ਹੀ ਖੜ੍ਹੇ ਸੀ। ਉਹਨਾਂ ਨੇ ਦੇਖਦਿਆਂ ਮਿੰਟੋ ਮਿੰਟੀ ਜਿਹੜੀਆਂ ਉਹ ਕੁਰਸੀਆਂ ਸਾਰੀਆਂ ਉਹ ਬਾਹਰ ਲੈ ਗਏ। ਉਸ ਤੋਂ ਬਾਅਦ ਉਹ ਖਾਲਸਾ ਜਿਹੜੇ ਆਏ ਸੀ ਨਾਲ ਆਪਣੇ ਸਿੰਘ ਸਾਹਿਬ ਮੁਖੀ ਜਿਹੜੇ ਸੀ ਉਹ ਪਹੁੰਚੇ ਨੇ ਸਾਡੇ ਕਥਾਵਾਚਕ ਕੋਲ ਚਲੇ ਗਏ ਨੇ। ਉਹਨਾਂ ਕਥਾਵਾਚਕ ਸਾਡੇ ਨਾਲ ਕੋਈ ਜਾ ਕੇ ਕੋਈ ਗੱਲਬਾਤ ਕੀਤੀ ਹੈ ਅਤੇ ਉਹਨਾਂ ਸਾਡੇ ਕਥਾਵਾਚਕ ਸਾਹਿਬ ਨੇ ਫਿਰ ਕਥਾ ਦੀ ਜਿਹੜੀ ਹੈ ਸਮਾਪਤੀ ਕਰਤੀ 10-15 ਮਿੰਟ ਪਹਿਲਾਂ ਹੀ। ਇਸ ਘਟਨਾ ਤੋਂ ਬਾਅਦ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਨਹੀਂ, ਗੁਰਦੁਆਰਾ ਮੈਨੇਜਮੈਂਟ ਨੇ ਇਸ ਦਾ ਫੈਸਲਾ ਸੰਗਤ 'ਤੇ ਛੱਡ ਦਿੱਤਾ। ਉਹਨਾਂ ਨੇ ਬਾਹਰ ਕੁਰਸੀਆਂ ਕੱਢੀਆਂ ਸ਼ੁਰੂ ਕਰ, ਜਿਹੜੇ ਸਾਡੇ ਬੈਂਚ ਪਏ ਸੀ ਬਾਹਰ ਕੱਢਣੇ ਸ਼ੁਰੂ ਕਰਤੇ। ਬਾਹਰ ਕੱਢ ਕੇ ਉਹਨਾਂ ਨੇ ਸਾਹਮਣੇ ਗੁਰਦੁਆਰਾ ਸਾਹਿਬ 'ਤੇ ਜਾ ਕੇ ਉਹਨਾਂ ਨੂੰ ਉੱਥੇ ਅੱਗ ਲਾ ਦਿੱਤੀ। ਬਹੁਤ ਵੱਡੀ ਬੇਇੱਜ਼ਤੀ ਹੈ ਗੁਰੂ ਘਰ ਦੇ ਵਿੱਚ, ਇੱਥੇ ਨਹੀਂ ਕਿਸੇ ਜਗ੍ਹਾ 'ਤੇ ਵੀ ਹੋਵੇ ਧਾਰਮਿਕ ਸਥਾਨ 'ਤੇ, ਉਹ ਬੇਇੱਜ਼ਤੀ ਹੈਗੀ। ਮਾਹੌਲ ਤਾਂ ਦੇਖੋ ਜੀ, ਸੰਗਤ ਤਾਂ ਡਰ ਹੀ ਗਈ ਸੀ ਇੱਕਦਮ ਇੰਨੇ ਬੰਦਿਆਂ ਨੂੰ ਦੇਖ ਕੇ। ਐਟ ਏ ਟਾਈਮ ਹੁਣ ਤੁਸੀਂ, ਤੁਹਾਡੇ ਕੋਲ ਵੀ ਆ ਜਾਣ 300-250 ਬੰਦੇ, ਤੁਸੀਂ ਵੀ ਤਾਂ ਡਰ ਹੀ ਜਾਓ। ਲੋਕਾਂ ਨੇ 5-5, 10-10 ਰੁਪਏ ਦਾਨ ਦਿੱਤੇ ਸੀ ਜਿਹਦੇ ਨਾਲ ਇਹ ਚੀਜ਼ ਬਣਾਈ ਹੈ। ਬਾਕੀ ਇਹ ਸੰਗਤ ਦੇ ਸਾਰੇ ਪੈਸੇ ਦਾ ਚੀਜ਼ ਬਣੀ ਹੈ ਅਤੇ ਸੰਗਤ ਹੀ ਇਹਦਾ ਹੁਣ ਫੈਸਲਾ ਕਰੇਗੀ ਵੀ ਜੋ ਕੋਈ ਕੰਪਲੇਂਟ ਕਰਨੀ ਕੁਛ ਵੀ ਕਰਨਾ ਉਹ ਸੰਗਤ ਦੇ ਅਸੀਂ ਕਹਿਣ 'ਤੇ ਸਾਰਾ ਅਸੀਂ ਕੰਮ ਕਰਾਂਗੇ। ਗੁਰਦੁਆਰੇ ਆਉਂਦੇ ਕੁਝ ਲੋਕਾਂ ਨੇ ਇਸ ਘਟਨਾ ਤੋਂ ਬਾਅਦ ਇਹ ਪ੍ਰਤੀਕਰਮ ਦਿੱਤਾ। ਇਹ ਸਹੀ ਨਹੀਂ ਹੈਗਾ ਕਿ ਠੀਕ ਹੈ ਕਿ ਗੁਰੂ ਮਹਾਰਾਜ ਦੇ ਸਾਹਮਣੇ ਨਹੀਂ ਅਸੀਂ ਬੈਠਣਾ ਹੁੰਦਾ, ਜੇ ਚੇਅਰਸ ਪਿੱਛੇ ਜਾਂ ਨੀਚੇ ਲੱਗੀਆਂ ਹੋਈਆਂ ਨੇ ਬਜ਼ੁਰਗਾਂ ਲਈ। ਵੈਸੇ ਕਿਸੇ ਇਨਸਾਨ ਦੀ ਇਹ ਇੱਛਾ ਨਹੀਂ ਹੁੰਦੀ ਕਿ ਮੇਰਾ ਸਰੀਰ ਚੱਲਦਾ ਰਹੇ ਅਤੇ ਫਿਰ ਵੀ ਮੈਂ ਗੁਰੂ ਮਹਾਰਾਜ ਦੇ ਸਾਹਮਣੇ ਉੱਚਾ ਹੋ ਕੇ ਬੈਠਾਂ। ਜਿਹੜਾ ਇਨਸਾਨ ਅਗਰ ਇੱਥੇ ਆ ਕੇ ਬੈਠਦਾ ਮਜਬੂਰੀ ਨੂੰ ਬੈਠਦਾ ਹੈ। ਇਸੇ ਤਰੀਕੇ ਕਿ ਜੇ ਬਜ਼ੁਰਗਾਂ ਲਈ ਅਗਰ ਚੇਅਰਸ ਲੱਗ ਰਹੀਆਂ ਨੇ ਜਾਂ ਜਿਵੇਂ ਸਭ ਨੂੰ ਨੀ ਪ੍ਰੋਬਲਮਸ ਆ ਰਹੀਆਂ ਨੇ ਅਤੇ ਉਹਦੇ ਲਈ ਕੋਈ ਇਤਨਾ ਵੱਡਾ ਇਸ਼ੂ ਨਹੀਂ ਹੋਣਾ ਚਾਹੀਦਾ। ਮੇਰੀ ਉਮਰ 87 ਸਾਲ ਹੋ ਗਈ ਹੈ। ਮੈਂ ਅਗਰ ਜਹਾਂ ਆਊਂਗਾ ਮੇਰੇ ਸੇ ਨੀਚੇ ਨਹੀਂ ਬੈਠਾ ਜਾਏਗਾ। ਮੈਂ ਤਾਂ ਚਾਹੂੰਗਾ ਕਿ ਮੈਨੂੰ ਕੁਰਸੀ ਮਿਲੇ, ਸਟੂਲ ਮਿਲੇ, ਮੈਂ ਬੈਠ ਕੇ ਸਭ ਕੁਝ ਭਜਨ ਸੁਣੂੰ, ਕੀਰਤਨ ਸੁਣੂੰ, ਆਨੰਦ ਲੂੰ। ਅਗਰ ਯਹਾਂ ਪਰ ਆਣ ਕੇ ਐਸਾ ਉਲਟਬਾਜ਼ੀ ਹੋਣੀ ਹੈ ਤਾਂ ਉਹ ਸਿੱਖੀ ਕਾ ਪ੍ਰਚਾਰ ਨਹੀਂ ਹੈ, ਸਮਝਿਆ ਕਿ ਨਹੀਂ। ਐਸੀ ਉਲਟਬਾਜ਼ੀ ਕਰਨੀ ਹੈ ਤਾਂ ਬਾਹਰ ਮੈਦਾਨ ਮੇ ਕਰੇ, ਉਨਕੋ ਵੀ ਪਤਾ ਲੱਗੇ ਜਿਨਕੇ ਸਾਥ ਉਲਟਬਾਜ਼ੀ ਹੋ ਗਈ ਵੀ ਉਹ ਦੇਖੇਂਗੇ ਵੀ ਇਹ ਕੈਸੇ ਉਲਟਬਾਜ਼ੀ ਕਰਤੀ ਹੈ। ਗੁਰੂਘਰ ਮੇ ਆ ਕਰ ਅਗਰ ਉਲਟਬਾਜ਼ੀ ਕਰੇਂਗੇ ਜੋ ਸੰਗਤ ਆਤੀ ਹੈ ਉਹ ਨਹੀਂ ਆਗੇ ਸੇ ਰਿਸਿਸਟ ਕਰੇਗੀ, ਕਿਉਂਕਿ ਉਹ ਤਾਂ ਗੁਰੂਘਰ ਮੰਨਦੇ ਹੈ। ਗੁਰੂਘਰ ਕੇ ਆਣ ਕੇ ਉਹ ਕੀਰਤਨ ਸੁਣਨਾ ਚਾਹਤੇ ਹੈ, ਸ਼ਬਦ ਸੁਣਨਾ ਚਾਹਤੇ ਹੈ, ਹੁੱਲੜਬਾਜ਼ੀ ਨਹੀਂ ਦੇਖਣਾ ਚਾਹਤੇ। ਸਾਨੂੰ ਇਹ ਸੋਚਣਾ ਪਏਗਾ ਕਿ ਅਗਰ ਅਸੀਂ ਇੱਥੇ ਫੈਸਿਲਿਟੀ ਨਾ ਦਿੱਤੀ ਕਿਤੇ ਵੀ ਤਾਂ ਉਹ ਬਜ਼ੁਰਗ ਜਿਹੜੇ ਹੋਣਗੇ ਸਵੇਰ ਤੋਂ ਤੁਹਾਨੂੰ ਗੁਰਦੁਆਰਾ ਸਾਹਿਬ 'ਚ ਨਜ਼ਰ ਨਹੀਂ ਆਇਆ ਕਰਨਗੇ। ਜਿਹੜਾ ਯੰਗ ਬਲੱਡ ਆ ਉਹ ਤਾਂ ਵੈਸੇ ਦਿਨ ਤਿਉਹਾਰ ਦੇ ਵਿੱਚ ਗੁਰਦੁਆਰਾ ਸਾਹਿਬ ਆਉਂਦਾ, ਰੇ ਡੇਲੀ ਯੰਗ ਬਲੱਡ ਮੈਂ ਕਦੀ ਨਹੀਂ ਆ ਕੇ ਦੇਖਿਆ ਇੱਥੇ ਵੀ ਡੇਲੀ ਆਉਣਗੇ। ਉਹ ਇਸ ਕਰਕੇ ਇਹ ਜਿਹੜਾ ਕੰਮ ਕੀਤਾ ਅੰਮ੍ਰਿਤਪਾਲ ਸਿੰਘ ਜੀ ਹਰਾਂ ਨੇ, ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹਦਾ ਪਹਿਲਾਂ ਸਲਿਊਸ਼ਨ ਦਿਓ ਤਾਂ ਕਿ ਲੋਕਾਂ ਨੂੰ ਅਸੀਂ ਗੁਰੂ ਘਰ ਨਾਲ ਜੋੜੀਏ ਨਾ ਕਿ ਤੋੜੀਏ। ਅਬਰਪਟਲੀ ਆ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਕੁਛ ਵੀ ਚੀਜ਼ ਨੂੰ ਛੇੜਨਾ, ਹੁੱਲੜਬਾਜ਼ੀ ਕਰਨੀ, ਤੋੜੀ, ਉਹ ਤਾਂ ਬੇਅਦਬੀ ਦਾ ਪਾਰਟ ਹੈ। ਇਸ ਘਟਨਾ ਮਗਰੋਂ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਬੋਲੇ। ਜਿਹੜੀ ਕੋਈ ਗਰੀਬ ਮਾਈ ਗੋਡੇ ਸੁੱਜੇ ਪਏ ਹੈ ਪਿੱਛੇ ਕੁਰਸੀ ਤੇ ਬੈਠੀ ਹੈ, ਉਹਨੇ ਵਿਚਾਰੀ ਨੇ ਕੀ ਬੇਅਦਬੀ ਕਰਤੀ? ਉਹ ਤੇ ਡਰੀ ਡਰੀ ਬੈਠੀ ਰਹਿੰਦੀ ਵੀ ਮਹਾਰਾਜ ਮਾਫ ਕਰਿਓ ਮੈਨੂੰ ਬਹਿਣਾ ਪੈ ਗਿਆ, ਨਹੀਂ ਤੇ ਮੈਂ ਕੁਰਸੀ ਤੇ ਕਾਹਨੂੰ ਬਹਿੰਦੀ, ਮੈਂ ਵੀ ਉੱਤੇ, ਮੈਂ ਵੀ ਤੇ ਥੱਲੇ ਹੀ ਬਹਿਣਾ ਚਾਹੁੰਦੀ। ਬੇਅਦਬੀ ਜਿਹੜੀ ਹੈ ਨਾ, ਜਦੋਂ ਅਸੀਂ ਗੁਰੂ ਤੋਂ ਉਲਟ ਚੱਲਦੇ ਹਾਂ ਉਦੋਂ ਬੇਅਦਬੀ, ਜਦੋਂ ਗੁਰੂ ਸਾਹਿਬ ਕੁਝ ਹੋਰ ਕਹਿੰਦੇ ਨੇ ਅਸੀਂ ਫਿਰ ਮਨ ਮਰਜ਼ੀਆਂ ਕਰਦੇ ਹਾਂ। ਅੰਮ੍ਰਿਤਪਾਲ ਸਿੰਘ ਦੀ ਖਾਲਸਾ ਵਹੀਰ ਨਾਮ ਦੀ ਯਾਤਰਾ ਜਾਰੀ ਹੈ ਜੋ ਅਨੰਦਪੁਰ ਸਾਹਿਬ ਜਾ ਕੇ ਸਮਾਪਤ ਹੋਣੀ ਹੈ। ਇਸ ਤਹਿਤ ਇਹ ਯਾਤਰਾ ਜਲੰਧਰ ਅਤੇ ਕਪੂਰਥਲਾ ਇਲਾਕੇ ਵਿੱਚੋਂ ਗੁਜ਼ਰ ਰਹੀ ਹੈ। ਕੁਝ ਦਿਨ ਪਹਿਲਾਂ ਕਪੂਰਥਲਾ ਦੇ ਬਿਹਾਰੀਪੁਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਅਜਿਹਾ ਹੀ ਹੋਇਆ ਸੀ। ਇਸ ਦੌਰਾਨ ਵੀ ਕੁਝ ਲੋਕਾਂ ਵੱਲੋਂ ਬਿਹਾਰੀਪੁਰ ਪਿੰਡ ਦੇ ਗੁਰਦੁਆਰੇ ਵਿੱਚ ਸੰਗਤ ਦੇ ਬੈਠਣ ਲਈ ਕੀਤੇ ਪ੍ਰਬੰਧਾਂ ਦਾ ਵਿਰੋਧ ਕੀਤਾ ਗਿਆ ਸੀ।
ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਲੋਕ ਗੁਰਦੁਆਰੇ ਦੇ ਅੰਦਰੋਂ ਫਰਨੀਚਰ ਕੱਢਦੇ ਅਤੇ ਬਾਹਰ ਭੰਨਤੋੜ ਕਰਦੇ ਨਜ਼ਰ ਆਏ। ਸੋਸ਼ਲ ਮੀਡੀਆ ਤੇ ਚੱਲ ਰਹੀ ਵੀਡੀਓ ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਅਪੀਲ ਕਰਦਿਆਂ ਕਿਹਾ ਸੀ ਕਿ ਜੇ ਕਿਸੇ ਗੁਰਦੁਆਰਾ ਸਾਹਿਬ ਵਿੱਚ ਕੁਰਸੀਆਂ ਬੈਂਚ ਲੱਗੇ ਨੇ ਤਾਂ ਉਹਨਾਂ ਨੂੰ ਆਪ ਹੀ ਬਾਹਰ ਕੱਢ ਕੇ ਅੱਗ ਲਗਾ ਦਿੱਤੀ ਜਾਵੇ। ਉਹ ਇਹ ਵੀ ਕਹਿੰਦੇ ਨੇ ਕਿ ਜਿੱਥੇ ਗੁਰੂ ਸਾਹਿਬ ਦਾ ਤਖ਼ਤ ਲੱਗਿਆ ਸਿੱਖਾਂ ਨੂੰ ਜ਼ਮੀਨ ਤੇ ਬੈਠਣਾ ਚਾਹੀਦਾ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਤਖ਼ਤ ਜ਼ਮੀਨ ਤੇ ਲੱਗਾ ਤਾਂ ਸੰਗਤ ਨੂੰ ਟੋਇਆ ਪੁੱਟ ਕੇ ਨੀਵਾਂ ਹੋ ਕੇ ਬੈਠਣਾ ਚਾਹੀਦਾ। ਫਿਲਹਾਲ ਇਹਨਾਂ ਘਟਨਾਵਾਂ ਦੇ ਸੰਬੰਧ ਵਿੱਚ ਅਕਾਲ ਤਖ਼ਤ ਦੇ ਜਥੇਦਾਰ ਜਾਂ SGPC ਵੱਲੋਂ ਕੋਈ ਪ੍ਰਤੀਕਰਮ ਨਹੀਂ ਆਇਆ।